ਗੁਆਂਢ ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਪੰਜਾਬ ਬੋਲ ਰਿਹਾ ਅਤੇ ਅੱਜ ਸਾਡੀ ਗਵਰਨਿੰਗ ਬੋਡੀ ਦੀ ਮੀਟਿੰਗ ਸੀ। ਹਰ ਤਿਮਾਹੀ ਕੁਆਟਰਲੀ ਅਸੀਂ ਗਵਰਨਿੰਗ ਬੋਡੀ ਦੀ ਮੀਟਿੰਗ ਕਰਦੇ ਹਾਂ ਐਟ ਡਿਫਰੈਂਟ ਪਲੇਸਿਸ, ਜਿਸ ਨੂੰ ਹੋਸਟ ਜਿਹੜੀ ਹੈਗੀਆਂ ਵੱਖਰੀਆਂ ਵੱਖਰੀਆਂ ਐਸੋਸੀਏਸ਼ਨਾਂ ਕਰਦੀਆਂ ਨੇ। ਅਤੇ ਅੱਜ ਸਾਡੀ ਜਿਹੜੀ ਹੈਗੀ ਹੈ ਮੇਨ ਜਿਹੜੀ ਆਈਟਮ ਸੀ ਅੱਜ ਦੀ ਕਿ ਮੇਰੀ ਟਰਮ ਜਿਹੜੀ ਹੈਗੀ ਹੈ ਉਹ 4 ਸਾਲ ਦੀ ਖਤਮ ਹੋ ਗਈ ਹੈ ਅਤੇ ਐਜ਼ ਪਰ ਕੰਸਟੀਟਿਊਸ਼ਨ ਮੈਂ 2 ਟਰਮ 2-2 ਸਾਲ ਦੀ ਲੈ ਸਕਦਾ, ਖਤਮ ਹੋ ਗਈ ਹੈ। ਅੱਜ ਨਵਾਂ ਪ੍ਰੈਜ਼ੀਡੈਂਟ ਮਿਸਟਰ ਕੱਕੜ ਨੂੰ ਅਸੀਂ ਅੱਜ ਚੁਣਿਆ ਹੈਗਾ ਅਤੇ ਇਸੇ ਤਰ੍ਹਾਂ ਜਿਹੜਾ ਹੈਗਾ ਕਰਕਰਾ ਸਾਹਿਬ ਇਹਨਾਂ ਨੂੰ ਲਾਈਫ ਜਿਹੜਾ ਹੈਗਾ ਚੇਅਰਮੈਨ ਬਣਾਇਆ ਗਿਆ ਅਤੇ ਇਸ ਦੇ ਵਿੱਚ ਜੋ ਵੀ ਜਿਹੜੀ ਅਸੀਂ ਪਿਛਲੇ ਕੁਆਟਰ ਦੇ ਵਿੱਚ ਜਾਂ ਪਿਛਲੇ ਸਾਲ ਦੇ ਵਿੱਚ ਐਕਟੀਵਿਟੀਜ਼ ਕੀਤੀਆਂ ਸਟੇਟ ਗੌਰਮੈਂਟ ਦੇ ਨਾਲ ਜਾਂ ਸੈਂਟਰਲ ਗੌਰਮੈਂਟ ਨਾਲ, ਜੋ ਜੋ ਲੈਟਰ ਲਿਖਿਆ, ਜੋ ਜੋ ਸੀਨੀਅਰ ਸਿਟੀਜ਼ਨ ਦੀ ਪ੍ਰੋਬਲਮਸ ਹੈ ਉਹਦੇ ਬਾਰੇ ਡਿਸਕਸ ਕੀਤਾ ਗਿਆ, ਉਹਦੇ ਬਾਰੇ ਐਕਸਪਲੇਨ ਕੀਤਾ ਗਿਆ। ਇਸ ਤੋਂ ਇਲਾਵਾ ਮਿਨਿਸਟਰ ਦਾ ਸਪੈਸ਼ਲ ਚੀਫ ਸੈਕਟਰੀ ਸੋਸ਼ਲ ਸਿਕਿਉਰਿਟੀ ਪੰਜਾਬ ਦੇ ਸਾਡੀਆਂ ਮੀਟਿੰਗਾਂ ਹੁੰਦੀਆਂ, ਉੱਥੇ ਜਿੰਨੀਆਂ ਸੀਨੀਅਰ ਸਿਟੀਜ਼ਨ ਦੀ ਪ੍ਰੋਬਲਮ ਹੈ ਉਹ ਅਸੀਂ ਡਿਸਕਸ ਕਰਦੇ ਹਾਂ ਅਤੇ ਉੱਥੋਂ ਕੋਸ਼ਿਸ਼ ਕਰਦੇ ਹਾਂ ਸਾਰੀਆਂ ਰਿਜ਼ੋਲਵ ਕਰਵਾਈਆਂ ਜਾਣ। ਅੱਜ ਤਕਰੀਬਨ ਸਾਰੀਆਂ ਹੀ ਐਸੋਸੀਏਸ਼ਨ ਪੰਜਾਬ ਦੇ ਵਿੱਚੋਂ ਜਿਹੜੀ ਸਾਡੀ ਮੈਂਬਰ ਹੈ ਉਹ ਇੱਥੇ ਹਾਜ਼ਰ ਹੋਈਆਂ। ਜਿਹੜੀਆਂ 200 ਜਾਂ 200 ਵੱਧ ਮੈਂਬਰ ਦੀਆਂ ਐਸੋਸੀਏਸ਼ਨ ਹੈ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਉਹ ਸਾਡੇ ਗਵਰਨਿੰਗ ਬੋਡੀ ਦੇ ਮੈਂਬਰ ਹੈ। ਜਿਹੜੀ ਇਸ ਤੋਂ ਘੱਟ ਨੇ ਉਹਨਾਂ ਦੀ ਅਸੀਂ ਡਰਾ ਦੇ ਨਾਲ ਕਿਸੇ 10 ਐਸੋਸੀਏਸ਼ਨ ਦੇ ਪਿੱਛੇ ਇੱਕ ਜਿਹੜਾ ਮੈਂਬਰ ਲੈਂਦੇ ਹਾਂ ਬਾਈ ਡਰਾ, ਉਹ ਗਵਰਨਿੰਗ ਬੋਡੀ ਦਾ ਮੈਂਬਰ ਹੁੰਦਾ। ਤਕਰੀਬਨ ਸਾਡੀ ਇਸ ਵੇਲੇ 40 ਗਵਰਨਿੰਗ ਬੋਰਡ ਦੇ ਮੈਂਬਰ ਹੈ ਅਤੇ ਤਕਰੀਬਨ ਜਿਹੜੇ ਸਾਰੇ ਹੀ ਹਾਜ਼ਰ ਸੀ। ਅੱਜ ਜਿਹੜੀ ਹੈ ਅਸੀਂ ਅਨਾਊਂਸ ਕੀਤਾ ਇਹਨੂੰ ਅਪਰੂਵਲ ਜਿਹੜੀ ਹੈ ਜਨਰਲ ਬੋਡੀ ਨੇ ਫਰਦਰ ਦੇਣੀ ਹੈ ਅਤੇ ਉਹ 15 ਜੂਨ ਤੋਂ ਬਾਅਦ ਉਹ ਪੋਸਟ ਆਫਿਸ ਜਿਹੜਾ ਅਜ਼ਿਊਮ ਕਰ ਦੇਣਗੇ। ਠੀਕ ਹੈ, ਮੈਂ ਫਸਟ ਟਾਈਮ ਪ੍ਰਧਾਨ ਚੁਣਿਆ ਗਿਆ ਫੈਡਰੇਸ਼ਨ ਦਾ ਔਰ ਮੈਂ ਕਰਕਰਾ ਸਾਹਿਬ ਜੋ ਸਾਡੇ ਚੇਅਰਮੈਨ ਹੈ ਔਰ ਮਨ ਸਾਹਿਬ ਇਹਨਾਂ ਦੀ ਸਹਾਇਤਾ ਨਾਲ ਅਤੇ ਗਾਈਡੈਂਸ ਨਾਲ ਕਾਫੀ ਸਾਰੇ ਕੰਮ ਕਰਨਾ ਚਾਹਾਂਗਾ ਜੋ ਓਲਡ ਪੀਪਲ ਦੇ ਨਾਲ ਰਿਲੇਟਡ ਹੋਣ ਉਹਨਾਂ ਦੀਆਂ ਪ੍ਰੋਬਲਮਸ। ਵੱਡੀ ਪ੍ਰੋਬਲਮ ਜਿਹੜੀ ਉਹਨਾਂ ਦੀ ਇਕੱਲਾ ਪੁਣਾ ਹੈ, ਡਿਸਕਨੈਕਟਡਨੈਸ ਹੈ, ਲੋਕ ਜੁੜੇ ਹੋਏ ਨਹੀਂ ਇੱਕ ਦੂਜੇ ਨਾਲ, ਕੋਲੇ ਰਹਿੰਦੇ ਹੋਇਆਂ ਵੀ ਗੁਆਂਢ 'ਚ ਰਹਿੰਦੇ ਹੋਇਆਂ ਵੀ ਇੱਕ ਦੂਜੇ ਨਾਲ ਨਹੀਂ ਜੁੜੇ ਹੋਏ, ਉਹ ਜਿਹੜੀ ਕਮੀ ਹੈ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗਾ। ਬਾਕੀ ਕੁਛ ਕਲਚਰਲ ਪ੍ਰੋਗਰਾਮਸ ਵੀ ਇੰਟਰੋਡਿਊਸ ਕਰਾਂਗੇ ਕਿਉਂਕਿ ਲੋਕਾਂ ਨੂੰ ਖੁਸ਼ੀ ਦਿੰਦੇ, ਆਨੰਦ ਮਿਲਦਾ, ਇਹ ਵੀ ਜ਼ਰੂਰੀ ਹੈ। ਨਾਲ ਨਾਲ ਹਮਡਰਮ ਲਾਈਫ ਦੇ ਵਿੱਚ ਰੰਗੀਨੀ ਪੈਦਾ ਹੁੰਦੀ ਹੈ ਜਿਹੜੀ ਪ੍ਰਸੰਨਤਾ ਨੂੰ ਸਾਡੀ ਸਿਹਤ ਨੂੰ ਦੱਸਦੀ ਹੈ, ਖੁਸ਼ੀ ਨੂੰ ਇਨਕਰੀਜ ਕਰਦੀ ਹੈ। ਸੋ ਅਜੇ ਤਾਂ ਇਹੋ ਹੀ ਕੰਮ ਹੈ, ਬਾਕੀ ਜਿਵੇਂ ਜਿਵੇਂ ਕੰਮ ਕਰਾਂਗੇ ਨਵੇਂ ਕੰਮ ਸੁਧਦੇ ਜਾਣਗੇ ਕਰਦੇ ਰਹਾਂ। ਇਹ ਤਾਂ ਹੁਣ ਆਮ ਹੀ ਚੀਜ਼ ਹੈ, ਇਹ ਸਟੀਰੀਓ ਟਾਈਪਡ ਹੈ, ਜੇ ਸਟੀਰੀਓ ਟਾਈਪ ਚੀਜ਼ ਹੈ ਜਿਹੜੀ ਜ਼ਿੰਮੇਵਾਰ ਅਸੀਂ ਆਪ ਹੀ ਹੈ। ਅਸੀਂ ਲੋਕਾਂ ਲਈ ਮਾਡਲ ਨਹੀਂ ਬਣ ਸਕੇ ਬੱਚਿਆਂ ਲਈ, ਆਪਣੇ ਬੱਚੇ ਨੂੰ ਕਦੋਂ ਧਿਆਨ ਦਿੱਤਾ ਅਸੀਂ ਲੋਕਾਂ ਨੇ, ਸਿਰਫ ਪੈਸੇ ਦੇ ਮਗਰ ਆਪਦੇ ਕੈਰੀਅਰ ਦੇ ਮਗਰ ਲੱਗੇ ਨੇ, ਕੋਈ ਚੰਗੀ ਚੀਜ਼ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹੈਜੀ, ਜੇ ਤੁਸੀਂ ਸੈਕਰੀਫਾਈਸਿੰਗ ਹੋਵੋਗੇ, ਆਈਡੀਅਲਿਸਟਿਕ ਹੋਵੋਗੇ ਤਾਂ ਬੱਚੇ ਵੀ ਉਸੇ ਤਰ੍ਹਾਂ ਦੇ ਬਣਨਗੇ। ਜੇ ਤੁਹਾਡੀ ਨੀਤੀ ਇਹ ਹੈ ਨਹੀਂ ਤਾਂ ਫਿਰ ਬੱਚੇ ਕਿੱਥੋਂ ਐਕਸਪੈਕਟ ਕਰੋਗੇ ਤੁਸੀਂ ਇਹ ਕੰਮ? ਸੋ ਮੈਂ ਇਸ ਸਵਾਲ ਨੂੰ ਬੜਾ ਇੰਪੋਰਟੈਂਟ ਨਹੀਂ ਸਮਝਦਾ। ਮੈਂ ਜਦੋਂ ਪ੍ਰੋਫੈਸਰ ਸੀ ਉਦੋਂ ਫੈਮਿਲੀ ਪਲੈਨਿੰਗ 'ਤੇ ਐਸੇ ਨਹੀਂ ਸੀ ਲਿਖਾਉਂਦਾ, ਮੈਂ ਇਕੱਲਾ ਬੰਦਾ ਸੀ। ਫੈਮਿਲੀ ਪਲੈਨਿੰਗ ਤੁਹਾਡਾ ਪਰਸਨਲ ਅਫੇਅਰ ਹੈ, ਗਵਰਨਮੈਂਟ ਤੋਂ ਕੀ ਲੈਣਾ ਤੁਸੀਂ ਇਸ ਤੋਂ? ਤੁਸੀਂ ਬੱਚੇ 2 ਕਰ ਸਕਦੇ ਹੋ, ਬੱਚੇ 2 ਕਰੋ, 3 ਕਰ ਸਕਦੇ ਹੋ, 3 ਕਰੋ, ਜਿੰਨੇ ਸੰਭਾਲ ਸਕਦੇ ਹੋ ਉਨੇ ਕਰੋ। ਇਹ ਕੀ ਇਸ ਹੈ ਫੈਮਿਲੀ ਪਲੈਨਿੰਗ? ਇਸੇ ਤਰ੍ਹਾਂ ਇਹ ਵੀ ਕੁਐਸਚਨ ਰੈਲਵੈਂਟ ਹੈ।
ਸਾਡੇ 'ਚ ਹੀ ਕਮੀ ਹੈ ਜ਼ਿਆਦਾ। ਹਾਂ ਬਿਲਕੁਲ, ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਲੋਕਾਂ ਦੀ ਪੈਨਸ਼ਨ ਬਹੁਤ ਜ਼ਿਆਦਾ, ਚੰਗੇ ਪੈਸੇ ਲੋਕਾਂ ਕੋਲ, ਉਹਦੇ ਬਾਵਜੂਦ ਵੀ ਲੋਕ ਪੈਸੇ ਦੇ ਕੇ ਰਾਜੀ ਨੇ ਔਰ ਨਾ ਖਰਚ ਕੇ ਰਾਜੀ ਹੈ। ਸਾਡੇ ਕੋਲ ਮੈਂਬਰ ਬਣਨੋਂ ਤਿਆਰ ਨਹੀਂ ਲੋਕ, ਜਦੋਂ ਸੁਣ ਲੈਂਦੇ ਵੀ 4000 ਰੁਪਈਆ ਮੈਂਬਰਸ਼ਿਪ ਹੈ ਸਾਲ ਦੀ ਭੱਜਦੇ, ਜਦੋਂ ਕਿ 4000 ਰੁਪਏ ਉਹਨਾਂ ਦੀ ਡੇਲੀ ਆਮਦਨ ਹੈ, ਰੋਜ਼ ਦੀ ਆਮਦਨ ਹੈ। ਰੁਚੀ ਨਹੀਂ ਇਸ ਪਾਸੇ ਲੋਕਾਂ ਨੂੰ, ਰੁਚੀ ਪੈਦਾ ਕਰਨ ਦੀ ਲੋੜ ਹੈ। ਉਹਦੇ ਲਈ ਸੈਮੀਨਾਰ ਕਰਾਵਾਂਗੇ, ਅਸੀਂ ਸੈਮੀਨਾਰ ਕਰਾ ਕੇ ਲੋਕਾਂ 'ਚ ਜਾਗਰਤੀ ਪੈਦਾ ਕਰਾਂਗੇ, ਅਵੇਅਰਨੈਸ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਬਸ ਠੀਕ ਹੈ, ਓਕੇ। ਮੈਂ SP ਕਰਕਰਾ, IAS ਰਿਟਾਇਰਡ, ਚੇਅਰਮੈਨ ਫੈਟਸ, ਅਤੇ ਸਾਡੀ ਜਿਹੜੀ ਲੋਕਲ ਐਸੋਸੀਏਸ਼ਨ ਹੈ ਸੀਨੀਅਰ ਸਿਟੀਜ਼ਨਸ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ, ਉਹਦਾ ਲਾਈਫ ਬੈਟਰ। ਕੋਈ ਇੱਕ ਮਹੀਨਾ ਪਹਿਲਾਂ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਮੰਡ ਸਾਹਿਬ ਦਾ ਟੈਲੀਫੋਨ ਆਇਆ ਸੀ ਕਿ ਗਵਰਨਿੰਗ ਬੋਡੀ ਦੀ ਮੀਟਿੰਗ ਕਰਨੀ ਹੈ, ਤਾਂ ਮੈਂ ਇਹਨਾਂ ਨੂੰ ਕਿਹਾ ਕਿ ਅਸੀਂ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਇਸ ਮੀਟਿੰਗ ਨੂੰ ਹੋਸਟ ਕਰਨਾ ਚਾਹਵਾਂਗੇ। ਸੋ ਅੱਜ ਉਹ ਮੀਟਿੰਗ ਹੋ ਰਹੀ ਹੈ ਅਤੇ ਸਾਡੀ ਜਿਹੜੀ ਲੁਧਿਆਣੇ ਵਾਲੀ ਐਸੋਸੀਏਸ਼ਨ ਹੈ ਉਹ ਇਸ ਨੂੰ ਹੋਸਟ ਕਰ ਰਹੀ ਹੈ। ਇਸ ਮੀਟਿੰਗ ਦੇ ਵਿੱਚ ਸਾਰੇ ਪੰਜਾਬ ਤੋਂ ਜਿਹੜੀਆਂ ਵੱਡੀਆਂ ਵੱਡੀਆਂ ਸਾਡੀਆਂ ਆਪਣੇ ਸੀਨੀਅਰ ਸਿਟੀਜ਼ਨਸ ਦੀਆਂ ਸੰਸਥਾਵਾਂ ਨੇ ਉਹਨਾਂ ਨੇ ਅੱਜ ਹਿੱਸਾ ਲਿਆ ਹੈ, ਦੂਰੋਂ ਦੂਰੋਂ ਆਏ ਨੇ ਔਰ ਬੜਾ ਅੱਛਾ ਵਿਚਾਰ ਵਟਾਂਦਰਾ ਹੋਇਆ ਹੈ। ਔਰ ਅਗਲੇ ਸਾਲ ਦੇ ਵਾਸਤੇ 2 ਸਾਲ ਦੀ ਟਰਮ ਹੁੰਦੀ ਹੈ, ਉਸ ਟਰਮ ਵਾਸਤੇ ਅਸੀਂ ਪਟਿਆਲੇ ਦੇ ਪ੍ਰੋਫੈਸਰ RK ਕੱਕੜ ਸਾਹਿਬ ਨੂੰ, ਜਿਹੜੇ ਕਿ ਸਾਡੇ ਸਾਰਿਆਂ ਨਾਲੋਂ ਵਰਿਸ਼ਠ ਸੀਨੀਅਰ ਸਿਟੀਜ਼ਨ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਨ, ਉਹਨਾਂ ਨੂੰ ਅਗਲੇ 2 ਸਾਲ ਦੇ ਵਾਸਤੇ ਪ੍ਰੈਜ਼ੀਡੈਂਟ ਚੁਣਿਆ ਹੈ। ਮੈਂ ਬਹੁਤ ਹੀ ਧੰਨਵਾਦੀ ਹਾਂ ਇਹਨਾਂ ਆਪਣੇ ਸਾਰੇ ਹੀ ਭੈਣਾਂ ਔਰ ਭਰਾਵਾਂ ਦਾ ਕਿ ਅੱਜ ਇਹਨਾਂ ਨੇ ਮੈਨੂੰ ਵੀ ਇਹ ਮਾਣ ਬਖਸ਼ਿਆ ਹੈ ਕਿ ਮੈਨੂੰ ਲਾਈਫ ਚੇਅਰਮੈਨ ਦੇ ਤੌਰ ਦੇ ਉੱਤੇ ਫੈਡਰੇਸ਼ਨ ਦਾ ਇਹਨਾਂ ਨੇ ਚੁਣਿਆ ਹੈ। ਇਹ ਬੜੀ ਵੱਡੀ ਜ਼ਿੰਮੇਵਾਰੀ ਹੈ ਔਰ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਜੋ ਮੇਰੇ 'ਤੇ ਇਹਨਾਂ ਨੇ ਕੌਨਫੀਡੈਂਸ ਦਿਖਾਇਆ ਹੈ, ਟਰੱਸਟ ਦਿਖਾਇਆ ਹੈ, ਉਸ ਨੂੰ ਮੈਂ ਨਿਭਾ ਸਕਾਂ। ਜਿਵੇਂ ਪ੍ਰੈਜ਼ੀਡੈਂਟ ਮੰਡ ਸਾਹਿਬ ਨੇ ਔਰ ਕੱਕੜ ਸਾਹਿਬ ਨੇ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਵੀ ਜਿਹੜੇ ਵਰਿਸ਼ਠ ਨਾਗਰਿਕ ਹਨ, ਸੀਨੀਅਰ ਸਿਟੀਜ਼ਨ ਹਨ, ਉਹਨਾਂ ਦੀ ਵੈਲਫੇਅਰ ਦੇ ਵਾਸਤੇ ਕੰਮ ਕੀਤਾ ਜਾਏ, ਕਿਉਂਕਿ ਸਾਡੇ 'ਚੋਂ ਬਹੁਤ ਸਾਰੇ ਗਰੀਬ ਸਾਡੇ ਭੈਣ ਭਰਾ ਉਹ ਉਹਨਾਂ ਗਰੀਬੀ ਦੀ ਰੇਖਾ ਤੋਂ ਵੀ ਨੀਚੇ ਨੇ, ਪਿੰਡਾਂ 'ਚ ਵੀ ਨੇ, ਅਨਪੜ੍ਹ ਵੀ ਨੇ, ਅਤੇ ਖਾਸ ਕਰਕੇ ਸਾਡੀਆਂ ਜਿਹੜੀਆਂ ਵਧੇਰੇ ਉਮਰ ਦੀਆਂ ਭੈਣਾਂ ਨੇ ਉਹਨਾਂ ਦੇ ਵਾਸਤੇ ਤਾਂ ਬਹੁਤ ਕੁਛ ਕਰਨ ਦੀ ਜ਼ਰੂਰਤ ਹੈ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਫੈਡਰੇਸ਼ਨ ਵੱਲੋਂ ਕਿ ਅਸੀਂ ਪੰਜਾਬ ਸਰਕਾਰ ਦੇ ਨਾਲ ਇਹ ਮੁੱਦੇ ਉਠਾਈਏ ਔਰ ਇਹਨਾਂ ਦਾ ਕੋਈ ਨਾ ਕੋਈ ਹੱਲ ਲੱਭਿਆ ਜਾਵੇ।